ਇਨਸਾਨ ਰੋਟੀ ਕਮਾਉਣ ਲਈ ਕੀ ਕੁਝ ਨਹੀਂ ਕਰਦਾ, ਪਰ ਕੀ ਕੋਈ ਮੌਤ ਵੀ ਆਪਣੇ ਘਰ ਲਿਆ ਸਕਦਾ ਹੈ? ਇਸੇ ਤਰ੍ਹਾਂ ਦੀ ਇੱਕ ਘਟਨਾ ਬਲਾਕ ਭੀਖੀਵਿੰਡ ਦੇ ਪਿੰਡ ਨਾਰਲੀ ਦੇ ਇੱਕ ਘਰ ਵਿੱਚ ਹੋਈ, ਜਿੱਥੇ ਇੱਕ ਬੰਬਨੁਮਾ ਚੀਜ਼ ਫਟਣ ਦੇ ਨਾਲ ਇੱਕ ਬੱਚੀ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ। ਦਰਅਸਲ ਵਿੱਚ ਮੁਖਤਿਆਰ ਸਿੰਘ ਕਬਾੜ ਦਾ ਕੰਮ ਕਰਦਾ ਸੀ। ਉਹ ਸਵੇਰੇ ਨਾਲ ਦੇ ਪਿੰਡਾਂ ਵਿੱਚੋਂ ਕੁਝ ਕਬਾੜ ਦਾ ਸਮਾਨ ਖਰੀਦ ਕੇ ਲਿਆਇਆ ਸੀ ਅਤੇ ਆਪਣੇ ਘਰ ਆ ਕੇ ਇੱਕ ਬੰਬ ਵਰਗੀ ਚੀਜ਼ ਨੂੰ ਤੋੜ ਕੇ ਉਸ ਵਿੱਚੋਂ ਸਿਲਵਰ ਬਾਹਰ ਕੱਢ ਰਿਹਾ ਸੀ ਕਿ ਅਚਾਨਕ ਹੀ ਵੱਡਾ ਧਮਾਕਾ ਹੋਇਆ, ਜਿਸ ਵਿੱਚ ਮੁਖਤਿਆਰ ਸਿੰਘ ਅਤੇ ਉਸ ਦੀ ਇੱਕ ਬੇਟੀ ਦੀ ਮੌਕੇ ਤੇ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਆਵਾਜ਼ ਨਾਲ ਦੇ ਪਿੰਡਾਂ ਤੱਕ ਸੁਣਾਈ ਦਿੱਤੀ। ਥਾਣਾ ਖਾਲੜਾ ਦੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।